ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੱਜ ਤੁਹਾਡੇ ਨਾਲ ਇੱਕ ਕਵਿਤਾ ਸ਼ੇਅਰ ਕਰ ਰਿਹਾ ਹਰਭਜਨ ਸਿੰਘ ਬੈਂਸੁਣਾ ਦੀ। ਕਵਿਤਾ ਹੈਗੀ ਆ ਕਿ ਦਾਨਿਆਂ ਨੂੰ ਇਹ ਕਹਿੰਦੇ ਸੁਣਿਆ, ਦਾਨਿਆਂ ਨੂੰ ਇਹ ਕਹਿੰਦੇ ਸੁਣਿਆ, ਜਿਹਾ ਬੀਜਿਆ ਤੇਹਾ ਲੁਣਿਆ। ਦਾਨਿਆਂ ਨੂੰ ਇਹ ਕਹਿੰਦੇ ਸੁਣਿਆ, ਜਿਹਾ ਬੀਜਿਆ ਤੇਹਾ ਲੁਣਿਆ। ਬਾਹਰੋਂ ਸੁਣਿਆ ਕਾਹਦਾ ਸੁਣਿਆ, ਬਾਹਰੋਂ ਸੁਣਿਆ ਕਾਹਦਾ ਸੁਣਿਆ। ਅੰਦਰਲੇ ਨੂੰ ਜੇ ਨਹੀਂ ਸੁਣਿਆ, ਜੇ ਨਹੀਂ ਵਕਤ ਵਿਚਾਰ ਵਿਚਾਰੀ, ਜੇ ਨਹੀਂ ਵਕਤ ਵਿਚਾਰ ਵਿਚਾਰੀ, ਕਿਹੜੇ ਗੁਣ ਫਿਰ ਪੜਿਆ ਗੁਣਿਆ। ਜੇ ਨਹੀਂ ਵਕਤ ਵਿਚਾਰ ਵਿਚਾਰੀ, ਕਿਹੜੇ ਗੁਣ ਫਿਰ ਪੜਿਆ ਗੁਣਿਆ। ਮਾਨਵ ਮਾਸਾਹਾਰੀ ਰੁਚੀਆਂ, ਮਾਨਵ ਮਾਸਾਹਾਰੀ ਰੁਚੀਆਂ, ਪਾਣੀ ਪੀਣ ਉਟਾਇਆ ਪੁਣਿਆ। ਮਾਨਵ ਮਾਸਾਹਾਰੀ ਰੁਚੀਆਂ, ਪਾਣੀ ਪੀਣ ਉਟਾਇਆ ਪੁਣਿਆ। ਜੀਕਣ ਫਿਕਰ ਅਰੂਜ ਨਿਭਾਇਆ, ਜੀਕਣ ਫਿਕਰ ਅਰੂਜ ਨਿਭਾਇਆ, ਓਕਣ ਕਾਵ ਵਿਸ਼ਾ ਨਹੀਂ ਚੁਣਿਆ। ਛੱਤ ਨੂੰ ਕੀ ਸ਼ਹਿਤੀਰ ਸੰਭਾਲੇ, ਛੱਤ ਨੂੰ ਕੀ ਸ਼ਹਿਤੀਰ ਸੰਭਾਲੇ, ਸਿਉਂਕ ਦਾ ਖਾਧਾ ਘੁਣ ਦਾ ਘੁਣਿਆ। ਰਾਤ ਨੇ ਆਪਣਾ ਇੱਕ ਇੱਕ ਕਾਰਾ, ਰਾਤ ਨੇ ਆਪਣਾ ਇੱਕ ਇੱਕ ਕਾਰਾ, ਦਿਨ ਦੇ ਮੱਥੇ ਮੜਿਆ ਗੁਣਿਆ। ਦਾਨਿਆਂ ਨੂੰ ਇਹ ਕਹਿੰਦੇ ਸੁਣਿਆ, ਜਿਹਾ ਬੀਜਿਆ ਤੇਹਾ ਲੁਣਿਆ। ਬਾਹਰੋਂ ਸੁਣਿਆ ਕਾਹਦਾ ਸੁਣਿਆ, ਅੰਦਰਲੇ ਨੂੰ ਜੇ ਨਹੀਂ ਸੁਣਿਆ। ਥੈਂਕ ਯੂ।